ਪੂਰੇ ਜੱਗ ਵਿੱਚ ਵਸੇ ਹੋਏ ਪੰਜਾਬੀ ਪਿਆਰਿਓ ਇਸ਼ਾਨ ਬਾਜਵਾ ਜੱਟ ਕਬੀਲੇ ਦਾ ਅਗਵੇਰਵਾ ਲੈ ਕੇ ਤੁਹਾਡੀ خدمت ਆਜ਼ਰ ਅੱਜ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਸਰਕੀ ਜੱਟ ਕਬੀਲਾ ਇਹ ਪੰਜਾਬ ਦੇ ਲੋਕ ਬੜੇ ਹੈਰਾਨ ਹੁੰਦੇ ਹੋਣਗੇ ਸਾਡੀ ਗੱਲ ਸੁਣ ਕੇ ਕਿ ਸਰਕੀ ਇਸ ਪਾਸੇ ਤੇ ਹੈ ਹੀ ਨਹੀਂ ਲੇਕਿਨ ਇਹ ਜੱਟਾਂ ਦਾ ਕਬੀਲਾ ਹੈ ਔਰ ਅਸੀਂ ਜਿੱਥੇ ਜਿੱਥੇ ਵੀ ਜੱਟ ਵੱਸਦੇ ਨੇ ਇਨਸ਼ਾਅੱਲਾ ਉਹਨਾਂ ਸਾਰਿਆਂ ਦਾ ਹਵਾਲ ਤੁਹਾਡੇ ਨਾਲ ਬਿਆਨ ਕਰਾਂਗੇ ਭਾਵੇਂ ਕੋਈ ਰਾਜਸਥਾਨ ਚੇ ਸਿੰਧ ਚੇ بلوچستان ਚੇ ਹਰਿਆਣੇ ਵਿੱਚ ਜਿੱਧਰ ਜਿੱਧਰ ਵੀ ਹੈ ਨੇ ਕੋਸ਼ਿਸ਼ ਕਰਕੇ ਅਸੀਂ ਉਹਨਾਂ ਸਾਰਿਆਂ ਦਾ ਹਵਾਲੇ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਉਹ ਬੇਲਾਖਰ ਅਸੀਂ ਇੱਕ ਹੀ نسل ਹਾਂ ਔਰ ਵੱਖ-ਵੱਖ ਜਿਹੜੀਆਂ ਇਹਦੀਆਂ ਸ਼ਾਖਾਂ ਨੇ ਉਹ ਵੱਖ-ਵੱਖ ਵੇਲਿਆਂ 'ਚ ਵੱਖ-ਵੱਖ ਥਾਵਾਂ ਤੇ ਜਾ ਕੇ ਵਸ ਗਈਆਂ ਸਰਕੀ ਜੱਟ ਜਿਹੜਾ ਖਾਨਦਾਨ ਹੈ ਜੱਟਾਂ ਦੀ ਅਗਨਬੰਦ ਸ਼ਾਖ ਵਿੱਚੋਂ ਇੱਕ ਤਗੜਾ ਕਬੀਲਾ ਹੈ ਇੱਕ ਬੀਲਾ ਫਾਰਸ ਹਿੰਦਸਤਾਨ ਤੇ ਸਿੰਧ ਵਿਲਾਇਤ ਜੱਟ ਦੇਸ਼ ਦਾ ਤਗੜਾ ਕਬੀਲਾ ਸਮਝਿਆ ਜਾਂਦਾ ਹੈ ਇਸ ਕਬੀਲੇ ਦੇ ਲੋਕ ਹਿੰਦੂ ਮੁਸਲਮਾਨ ਸਿੱਖ ਈਸਾਈ ਮذਬਾ ਵਿੱਚ ਹੈ ਨੇ ਇਹ ਲੋਕ ਦੱਖਣੀ ਪੰਜਾਬ ਵਿੱਚ ਡੇਰਾ ਗਾਜ਼ੀ ਖਾਨ ਮਲਤਾਨ ਬਹਾਵਲਪੁਰ ਦੀਆਂ ਡਿਵੀਜ਼ਨਾਂ ਵਿੱਚ ਢੇਰ ਗਿਣਤੀ ਵਿੱਚ ਵਸਦੇ ਨੇ ਸਿੰਧ ਦਰਿਆ ਤੇ ਚੋਖੇ ਜਿਹੜੇ ਉਹਦੇ ਲਾਂਗੇ ਨੇ ਜਿਨ੍ਹਾਂ ਨੂੰ ਸਰਕੀ ਲਾਂਗੇ ਆਖਿਆ ਜਾਂਦਾ ਹੈ ਯਾਨੀ ਜਿਹੜੇ ਪਤਨ ਨੇ ਨਾ ਸਿੰਧ ਦਰਿਆ ਦੇ ਉੱਤੇ ਉਹਨਾਂ ਦੇ ਨਾਂ ਜਿਹੜੇ ਨੇ ਸਰਕੀ ਲਾਂਗੇ ਯਾਨੀ ਇਸ ਕਬੀਲੇ ਦੇ ਨਾਂ ਦੀ ਨਿਸ਼ਬਤ ਨਾਲ ਨੇ ਇਹ ਚਵਲੇ ਦੇ ਸਿੰਧ ਤੇ ਖਾਸ ਕਰਕੇ ਜੈਕਬਾਬਾਦ ਉੱਤੇ ਠੁੱਲ ਵਿੱਚ ਇਹਨਾਂ ਦੀ ਸਰਦਾਰੀ ਦੇ ਡਗੇ ਵੱਜਦੇ ਨੇ ਸਰਕੀ ਕਬੀਲਾ ਦੇ ਲੋਕ ਚੋਖੇ ਸਿਆਸੀ ਅਸਰ ਹਰ ਸੂਖ ਵਾਲੇ ਨੇ ਅਤੇ ਤਗੜੇ ਜ਼ਗੀਰਦਾਰ ਕਬੀਲੇਦਾਰ ਨੇ ਇਹਨਾਂ ਵਿੱਚੋਂ ਸਰਦਾਰ ਵਾਹਿਦ ਬਖਸ਼ ਸਰਕੀ ਐਮਐਨਐ ਭੰਡਾ ਰਿਹਾ ਹੈ ਇਹਨਾਂ ਵਿੱਚੋਂ ਸਰਦਾਰ ذوالفقار ਸਰਕੀ ਜੈਕਬਾਬਾਦ ਜ਼ਿਲ੍ਹਾ ਕਾਉਂਸਲ ਦਾ ਚੇਅਰਮੈਨ ਹੈ ਤੇ ਸਹਰਾਬ ਖਾਨ ਸਰਕੀ ਅੱਜਕੱਲ ਵਜ਼ੀਰ ਹੈ ਜੱਟਾਂ ਦੇ ਇਸ ਕਬੀਲੇ ਵਿੱਚ ਬੜੇ ਬੜੇ ਨਾਮੀ ਬੰਦੇ ਹੋਏ ਨੇ ਜਿਵੇਂ ਅਸਰਾਰ احمد ਸਰਕੀ ਅਲੀ ਸ਼ੇਰ ਸਰਕੀ ਗੁਲਾਮ ਸਰਵਰ ਖਾਨ ਸਰਕੀ بلوچستان ਵਿੱਚ ਜੱਟਾਂ ਦੇ ਇਸ ਕਬੀਲੇ ਦੀ ਢੇਰ ਗਿਣਤੀ ਵਸਦੀ ਹੈ ਅਤੇ ਕੋਇਟਾ ਵਿੱਚ ਇਸ ਕਬੀਲੇ ਦੇ ਨਾਂ ਤੇ ਇੱਕ ਸੜਕ ਦਾ ਨਾਂ ਵੀ ਸਰਕੀ ਰੋਡ ਹੈ ਸੂਬਾ ਖੈਬਰ ਪਖਤੂਨ ਖਵਾ ਵਿੱਚ ਸਰਕੀ ਸਰਕੀ ਜੱਟ ਜਿਹੜੇ ਨੇ ਬੜੀ ਢੇਰ ਗਿਣਤੀ ਵਿੱਚ ਵਸਦੇ ਨੇ ਤੇ ਪਸ਼ਾਵਰ ਵਿੱਚ ਇੱਕ ਤਹਿਸੀਲ ਦਾ ਨਾਂ ਵੀ ਸਰਕੀ ਹੈ ਇਹ ਲੋਕ ਬਲੋਚੀ ਪੰਜਾਬੀ ਸਿੰਧੀ ਪਸ਼ਤੋ ਤੇ ਸਰਾਈਕੀ ਬੋਲਦੇ ਨੇ ਤੇ ਕੋਇਟਾ ਦੇ ਵਿੱਚ ਇੱਕ ਪਿੰਡ ਵੀ ਜਿਹੜੀ ਹੈ ਸਰਕੀ ਦੇ ਨਾਂ ਤੋਂ ਹੈ ਸਰਕੀ ਮੁੱਢਲੇ ਪਖੋਂ ਰਾਜ ਦੇ ਲੋਕ ਸੁਲੰਗੀ ਦਾ ਪੁੱਤਰ ਹੈ ਤੇ ਮੂਲ ਰਾਜ ਦਾ ਪੋਤਰਾ ਸੀ ਹੁਣ ਅਸੀਂ ਇਸ ਪਾਸੇ ਝਾਤੀ ਪਾਉਂਦੇ ਆ ਕਿਹੜੇ ਕਿਹੜੇ ਤਾਰੀਖੀ ਤਜ਼ਕਿਰਿਆਂ ਵਿੱਚ ਸਰਕੀ ਜੱਟ ਕਬੀਲੇ ਦਾ ਜ਼ਿਕਰ ਕੀਤਾ ਗਿਆ ਗਲਾਸਰੀਆ ਆਫ ਟ੍ਰਾਈਬਸ ਐਂਡ ਕਾਸਟਸ ਵਿੱਚ ਸਰਗੀ ਕਬੀਲੇ ਦਾ ਨਾਂ ਤੀਕ ਵੀ ਨਹੀਂ ਲਿਆ ਗਿਆ ਇਸ ਤੋਂ ਬਾਅਦ ਸਾਨੂੰ ਕਿਸੇ ਵੀ ਤਰੀਹੀ ਤਜ਼ਕਿਰੇ ਚ ਸਰਕੀ ਜੱਟ ਕਬੀਲੇ ਦਾ ਜ਼ਿਕਰ ਨਹੀਂ ਲੱਭਾ ਬਸ ਸਿਬੀ ਦੇ ਵਾਸੀ ਅਬਦਰਮਾਨ ਗੋਰ ਹੋਰਾਂ ਦੀ ਕਿਤਾਬ ਜਿਹੜੀ ਹੈ ਕਦੀਮ ਕੱਛੀ ਔਰ ਸੇਵੀ ਦੀਆਂ ਯਾਦਾਂ ਉਹਦੇ ਵਿੱਚ ਬਲੋਚਿਸਤਾਨ ਦੇ ਇਹਨਾਂ ਇਲਾਕਿਆਂ ਅੰਦਰ ਸਰਕੀ ਜੱਟ ਕਬੀਲੇ ਦਾ ਭਰਵਾਂ ਜ਼ਿਕਰ ਕੀਤਾ ਗਿਆ ਹੁਣ ਅਸੀਂ ਵੇਖਦੇ ਹਾਂ ਵੀ ਜੱਟ ਕਬੀਲਿਆਂ ਦੇ ਸ਼ਿਜਰੇ ਅੰਦਰ ਸਰਕੀ ਕਬੀਲੇ ਦਾ ਜ਼ਿਕਰ ਕਿਸਰਾਂ ਕੀਤਾ ਗਿਆ ਉਹ ਸ਼ਿਜਰਾ ਸਾਨੂੰ ਆਰੀਆ ਡਾਕਟਰ ਲਾਲ ਬਖਸ਼ ਨਾਇਕ ਮੱਲੀ ਜੱਟ ਨੇ ਮੀਰਪੁਰ ਮਥੇਲਾ ਤੋਂ ਕੱਲਿਆ ਸਾਡੇ ਨਾਲ ਸਾਂਝਾ ਕੀਤਾ ਉਹ ਸ਼ਿਜਰੇ ਮੁਤਾਬਕ حضرت ਆਦਮ علیہ السلام ਤੋਂ ਚੋਖਾ ਗੇਰੇ ਜਾ ਕੇ ਨਾ ਆਉਂਦਾ حضرت ਨੂਹ علیہ السلام ਹੋਰ ਹੁੰਦਾ ਜਿਨ੍ਹਾਂ ਨੂੰ ਹਿੰਦੀ ਵਿੱਚ ਮੰਨੂ ਆਖਿਆ ਗਿਆ حضرت ਨੂਹ ਹੋਰਾਂ ਦੇ ਪੁੱਤਰ ਹੋਏ ਨੇ ਸਾਮ ਹਾਮ ਦੀਆਫਸ ਕਨਾਨ ਯਰਨ ਹਰ ਹਰ ਤੇ ਅਜਮ ਇਹਨਾਂ ਵਿੱਚੋਂ ਜਿਹੜੇ ਆਖਰੀ ਚਾਰ ਨੇ ਨਾ ਜੀ ਇਹ ਕਨਾਨ ਹਰ ਯਰਨ ਹਰ ਹਰ ਤੇ ਅਜਮ ਇਹ ਚਾਰੇ ਵਾਇਲਾ ਇਹਨਾਂ ਦੀ ਮਾਂ ਦਾ ਨਾਮ ਵਾਇਲਾ ਸੀ ਔਰੇ ਆਪਣੀ ماں ਸਨੇ حضرت نوਹ علیہ السلام ਹੋਰਾਂ ਦੇ ਗੁਸਤਾਖਸ ਸਾਰੇ ਹੀ حضرت نوਹ ਹੋਰਾਂ ਦੇ ਜ਼ਮਾਨੇ ਚ ਆਉਣ ਵਾਲੇ ਤੂਫਾਨ ਜਿਹਨੂੰ نوਹ ਨਦੀ ਪੰਜਾਬੀ ਚਾਹੁੰਦੇ ਨੇ ਉਹਦੇ ਚ ਡੁੱਬ ਕੇ ਮਰ ਗਏ ਤੇ ਮੁਰਗੇ حضرت نوਹ علیہ السلام ਹੋਰਾਂ ਦੇ ਜਿਹੜੇ ਤਿੰਨ ਪੁੱਤਰ ਐ ਤਿੰਨ ਪੁੱਤਰ ਨੇ ਹਾਮ ਸ਼ਾਮ ਤੇ ਯਾਫਜ਼ ਐ ਸ਼ਾਮ ਹਾਮ ਤੇ ਯਾਫਜ਼ ਉਹਨਾਂ ਦੀ نسل ਜਿਹੜੀ ਆ ਉਹ ਅੱਗੇ ਵਧੀ ਉਹਨਾਂ ਵੀ ਜੋ ਸ਼ਾਮ ਦੀ ਔਲਾਦ ਨੂੰ ਸਾਮੀ ਆਖਿਆ ਜਾਂਦਾ ਔਰ ਉਹ ਸਾਰੇ ਏਸ਼ੀਆ ਚ ਵੱਸ ਗਏ ਅਮ ਦੀ ਨਸਲ ਜਿਹੜੀ ਹੈ ਉਹ ਅਫਰੀਕਾ ਦੇ ਵਿੱਚ ਜਾ ਵਸੀ ਤੇ ਯਾਫਜ਼ ਦੀ ਨਸਲ ਜਿਹੜੀ ਹੈ ਤੁਰਕੀ ਚੀਨ ਤੇ ਯੂਰਪ ਦੇ ਮੁਲਕਾਂ 'ਚ ਜਾ ਵਸੀ ਮੁੁਰਕੇ حضرت ਨੂਹ علیہ السلام ਉਹਨਾਂ ਦੇ ਪੁੱਤਰ ਸ਼ਾਮ ਦੇ ਅੱਗੋਂ ਜਿਹੜੇ ਪੁੱਤਰ ਹੋਏ ਨਾ ਜੀ ਉਹ ਸਨ ਸਿੰਧ ਅਰਫਗਾਨ ਸਿੰਧ ਤੇ ਈਸ਼ਵਰ ਜਿਹਦਾ ਦੂਜਾ ਨਾਂ ਹਿੰਦ ਸੀ ਅਰਫਗਾਨ ਇਹਨੂੰ ਸਿੰਧ ਆਂਦੇ ਸਨ ਅਗਲਾ ਪੁੱਤਰ ਸੀ ਆਰਾਮ ਅਗਲਾ ਸੀ ਅਸਵਰ ਜਿਹਦਾ ਦੂਜਾ ਨਾਂ ਫਾਰਸ ਸੀ ਲੂਦ ਸੀ ਅਗਲਾ ਜਿਹਦਾ ਦੂਜਾ ਨਾਮ ਰੋਮਸੀ ਅਗਲਾ ਪੁੱਤਰ ਬਲਕਾਨ ਸੀ ਉਦੋਂ ਅਗਲਾ ਪੁੱਤਰ ਸਮਾਨ ਉਦੋਂ ਅਗਲਾ ਪੁੱਤਰ ਕਨਾਨ ਜਿਹਦਾ ਦੂਜਾ ਨਾਮ ਕੀਕਾਨ ਵੀ ਸੀ ਉਦੋਂ ਅਗਲਾ ਪੁੱਤਰ ਉਹਨਾਂ ਦਾ ਲਾਵਰ ਸੀ ਅੱਗੋਂ ਅਰਫਖਾ ਸਿੰਧ ਜਿਹੜੇ ਨੇ ਇਹਦੇ ਪੁੱਤਰ ਹੋਏ ਨੇ ਸਖਰ ਭਖਰ ਠਟਾ ਹੋਲ ਹਰਮੇਸ਼ ਅਮਰ ਡਾਗਰ ਡਾਗਰ ਜਿਹੜਾ ਹੈ ਗੈਰ ਆਰੀਆ ਨਸਲ ਹੋਈ ਏ ਅਗਲਾ ਪੁੱਤਰ ਸੀ ਜਲੂਦਰ ਤੇ ਜਾਸ਼ਰ ਜਾਸ਼ਰ ਤੋਂ ਦੂਜਾ ਨਾਮ ਲਾਉਜ਼ਰ ਵੀ ਸੀ ਸਮੂਦ ਦੀ ਕੌਮ ਇਹਦੇ ਵਿੱਚੋਂ ਇਹਦੀ ਔਲਾਦ ਹੋਈ ਹੈ। ਅਗਲਾ ਪੁੱਤਰ ਸੀ ਗੁਜਰਾਤ ਤੇ ਅਗਲਾ ਗਾਰਾ ਜਿਹਦੇ ਨਾਂ ਤੇ ਹੜੱਪਾ ਸੀ। ਟੈਕਸਲਾ, ਹੰਡ ਜਿਹਦੇ ਨਾਂ ਤੇ ਸਵਾਬੀ ਤੇ ਅਗਲਾ ਪੁੱਤਰ ਆਸਾਮ ਤੇ ਤਾਮਲੀ ਤਾਮਲੀ ਯਾਨੀ ਤਾਮਲ ਕੌਮ ਜਿਹੜੀ ਹੈ ਉਹਦੀ ਨਸਲੋਂ ਟੁਰੀ। ਉਦੋਂ ਅਗਲਾ ਪੁੱਤਰ ਸੀ ਮੂਲਾ ਜਿਹਦੇ ਨਾਂ ਤੋਂ ਮੁਲਤਾਨ ਪਿਆ ਕਸ਼ੇਪੁਰਾ ਵੀ ਉਹਦਾ ਨਾਂ ਸੀ। ਉਦੋਂ ਅਗਲਾ ਪੁੱਤਰ ਮੀਦੂ ਰਾਮ ਤੇ ਅਗਲਾ ਪੁੱਤਰ ਮਕਰਾਨ ਜਿਹਦਾ ਦੂਜਾ ਨਾਮ ਮਕਾਨ ਵੀ ਸੀ। ਉਦੋਂ ਅਗਲਾ ਪੁੱਤਰ ਕਰਮਾਨ ਤੇ ਅਗਲਾ ਹਨਵਾਦਰ ਤੇ ਉਦੋਂ ਅਗਲਾ ਜਿਹੜਾ ਖਜ਼ਦਾਰ ਤੇ ਅਗਲਾ ਸੀਸ। ਮੁਰਕੇ ਜਿਹੜਾ ਮੂਲਾ ਦੀ ਨਸਲ ਹੋਇਆ ਸਰਵਾਈ ਤੇ ਇਰਮ ਤੇ ਅੱਗੋਂ ਇਰਮ ਦਾ ਪੁੱਤਰ ਹੋਇਆ ਊਜ਼ ਊਜ਼ ਦਾ ਫੇਰ ਇਰਮ ਹੋਇਆ ਤੇ ਇਰਮ ਦਾ ਹੋਇਆ ਆਦ ਮੋਹਨ ਦੀ ਕੌਮ ਜਿਹੜੀ ਜਿਹਦੇ ਤੋਂ ਮੁੱਢ ਬੱਜਾ ਤੇ ਆਦ ਦਾ ਪੁੱਤਰ ਜਲੂਦ ਤੇ ਸਹਿਰੀਬ ਪਤਨ ਕਾਹੂ ਜੁਕਰ ਡੀਜੀ ਅਰੋੜ ਕਾ ਰੋੜਾ ਦੁਹਾਗਾ ਰੋੜ ਕਾ ਟਾਕਾ ਸ਼ਦਾਦ ਸ਼ਦੀਦ ਬਾਲਾ ਮਹਿਰ ਜਿਹਦੇ ਨਾਂ ਤੇ ਮੇਰਗੜ ਵਸਿਆ ਹੈ ਬਲੋਚਿਸਤਾਨ ਚ ਸੁਹਾਗਾ ਇਹ ਸਾਰੇ ਪੁੱਤਰ ਜਿਹੜੇ ਨੇ ਨਾ ਆਪ ਦੇ ਪੁੱਤਰ ਹੀ ਸਾਰੇ ਹੋਏ ਅਗੋ ਫਿਰ ਜਨੂਦ ਦਾ ਪੁੱਤਰ ਹੋਇਆ ਪਾ ਤੇ ਪਾ ਦਾ ਵਿਸ਼ਨੂੰ ਵੇਸ ਤੇ ਵਿਸ਼ਨੂੰ ਵੇਸ ਦੇ حضرت ਹੂਦ ਲੈ ਸਲਾਮ ਜਿਨ੍ਹਾਂ ਨੂੰ ਹਿੰਦੀ ਵਿੱਚ ਗੋਰਖਾ ਕਿਹਾ ਗਿਆ ਤੇ ਇਹ ਰਸੂਲ ਦੇ ਦਰਜੇ ਤੇ ਸਲ ਤੇ ਉਹਨਾਂ ਦੇ ਪੁੱਤਰ ਸਣ ਅਰੜ ਜਿਨੇ ਜਿਹਦੇ ਨਾਮ ਤੇ ਕਿਲਾ ਹਰੀੜ ਦਾਦੂ ਦੇ ਵਿੱਚ ਆਕਾਰ 100 ਫੁੱਟ ਚੱਪ ਪਿਆ ਤੇ ਅਗਲੇ ਪੁੱਤਰ ਸਣ ਗੱਬਰ ਅਗਲੇ ਬੱਬਰ ਅਗਲਾ ਤੰਦੂਰ ਅਗਲਾ ਪੁੱਤਰ ਸੀ ਬਰਬਰਾ ਅਗਲਾ ਹੇਮ ਤੇ ਅਗਲਾ ਭੇ ਅਗੋਂ ਬਰਬਰਾ ਦੇ ਪੁੱਤਰ ਕੈਤਾਨ ਜਿਹਦਾ ਦੂਜਾ ਨਾਮ ਮਹਾਰਾਜਾ ਵੀ ਹੈ ਰਾਓ ਵੀ ਹੈ ਈਰਾ ਵੀ ਹੈ ਉਹਦਾ ਪੁੱਤਰ ਸੀ ਯਕਤਾਨ ਤੇ ਫਲਜ ਤੇ ਸਲਜ ਤੇ ਯਾਰਬ ਇਹ ਜਿਹੜੇ ਨੇ ਨਾ ਜੀ ਇਹਨਾਂ ਵਿੱਚੋਂ ਯਕਤਾਨ ਇੱਥੇ ਰਹਿ ਗਿਆ ਤੇ ਫਲਜ ਸਲਜ ਤੇ ਯਾਰਬ ਜਿਹੜੇ ਨੇ ਹਜਰਤ ਕਰਕੇ ਯਮਨ ਚਲੇ ਗਏ ਉੱਥੇ ਉਹਨਾਂ ਤਿੰਨ ਡੈਮ ਬਣਾਏ ਮੁਲਕ ਸਭਾ ਵਸਾਇਆ ਤੇ ਉਸੇ ਵਿੱਚੋਂ ਰਾਣੀ ਬਲਕੀਸ ਹੋਏ ਜਿਹੜੇ ਹਜਰਤ ਸੁਲੇਮਾਨ علیہ ਸਲਾਮ ਦੀ ਬੀਵੀ ਬੜੇ ਅਗੋਂ ਯਕਤਾਨ ਦਾ ਪੁੱਤਰ ਸ਼ਾਰਖ ਹੋਇਆ ਜੀ ਜਿਹਦਾ ਦੂਜਾ ਦਾ ਮੰਬਾ ਵੀ ਸੀ ਤੇ ਉਹਦੇ 13 ਪੁੱਤਰ ਹੋਏ ਤੇ ਉਹਨਾਂ ਵਿੱਚੋਂ ਨਾ ਹੋਰ ਹਜਰਤ ਈਊਬ ਅਵਲ ਜਿਹੜੇ ਮੁਲਤਾਨ ਦੇ ਬਾਦਸ਼ਾਹ ਤੇ ਰਸੂਲ ਵੀ ਸਨ ਉਹ ਹੋਏ ਅੱਗੋਂ حضرت ਨਾਹੂਰ علیہ ਸਲਾਮ ਦੇ ਪੁੱਤਰ ਹੋਏ ਜੀ ਸ਼ੱਬਰ ਬਸ਼ਰ ਸ਼ਬੀਰ ਬਸ਼ੀਰ ਖਾਰਾਨ ਇਹ ਖਾਰਾਨ ਜਿਹੜੇ ਸਨ ਅੱਮਾ ਸਾਇਰਾ ਦੇ ਬਾਪ ਸਨ ਤਾਰਖ ਇਹ حضرت ਇਬਰਾਹੀਮ علیہ ਸਲਾਮ ਦੇ ਬਾਪ ਸਨ ਤੇ ਆਜ਼ਰ ਜਿਹੜੇ ਬੁੱਤ ਕਢਣ ਵਾਲੇ ਜਿੰਨਾਂ ਨੂੰ ਆਖਦੇ ਨੇ ਅੱਗੋਂ ਤਾਰਖ ਦੇ ਪੁੱਤਰ ਹੋਏ ਨੇ حضرت ਇਬਰਾਹੀਮ ਤੇ حضرت ਫਾਉਰ ਨਾਹੂਰ ਤੇ ਹਾਰਾਨ ਇਹਨਾਂ ਵਿੱਚੋਂ ਫਾਉਰ ਦੇ ਪੁੱਤਰ ਹਕੀਮ ਲੁਕਮਾਨ ਸਨ ਨਾਹੂਰ ਦੇ ਦੋ ਪੁੱਤਰ ਲਾਬਾਨ ਤੇ ਨੀਤੂ ਇਹ ਲੋਏ ਅੱਗੋ ਲਾਬਾਨ ਦੀਆਂ ਦੋ ਧੀਆ ਰਾਹੀਲ ਤੇ ਲਈਆ ਹੋਈਆਂ ਜੋ حضرت ਯਾਕੂਬ علیہ السلام ਹੋਰਾਂ ਦੀਆਂ ਬੀਵੀਆਂ ਬਣੀਆਂ ਅੱਗੋ ਹਰਾਨ ਦੇ ਪੁੱਤਰ ਸਾਹ حضرت ਲੂਤ ਮੁੜ ਕੇ حضرت ਇਬਰਾਹੀਮ ਹੋਰਾਂ ਦੀਆਂ ਚਾਰ ਸਵਾਨੀਆਂ ਵਿੱਚੋਂ 13 ਪੁੱਤਰ ਤੇ ਦੋ ਧੀਆ ਹੋਈਆਂ ਉਹਨਾਂ ਵਿੱਚੋਂ ਅੰਮਾ ਸਾਇਰਾ ਵਿੱਚੋਂ حضرت ਇਸਹਾਕ علیہ السلام ਹੋਏ ਉਹਨਾਂ ਨੂੰ ਅੰਗਰਸੀ ਭਗਵਾਨ ਵੀ ਆਖਦੇ ਅੱਮਾ ਸਾਇਰਾ ਵੱਡੀ ਬੀਵੀ ਸੀ ਉਹਨਾਂ ਦੀ ਤੇ ਦੂਸਰੀ ਬੀਵੀ ਅੱਮਾ ਹਾਜਰਾ ਵਿੱਚੋਂ ਹਜ਼ਰਤ ਇਸਮਾਈਲਾ ਅਸਲਾਮ ਹੋਏ ਤੀਜੀ ਸੁਆਣੀ ਅੱਮਾ ਕਤੂਰਾ ਦੇ ਵਿੱਚੋਂ 6 ਪੁੱਤਰ ਤੇ ਇੱਕ ਧੀ ਲਾਲੀਬਾਈ ਹੋਈ ਚੌਥੀ ਬੀਵੀ ਉਹਨਾਂ ਦੀ ਅੱਮਾ ਹਾਜੀਆਂ ਵਿੱਚੋਂ 5 ਪੁੱਤਰ ਤੇ ਇੱਕ ਧੀ ਲਬੂਦਾ ਬਾਈ ਹੋਈ ਅੱਗੋਂ ਹਜ਼ਰਤ ਇਸਮਾਈਲਾ ਅਸਲਾਮ ਹੋਰਾਂ ਦੀਆਂ ਬੀਵੀਆਂ ਤਿੰਨ ਸਨ ਲੇਕਿਨ ਇੱਕੋ ਬੀਵੀ ਮਜ਼ਾਕ ਨਾਂ ਦੀ ਸੀ ਜਿਹਦੇ ਚੋਂ 12 ਪੁੱਤਰ ਤੇ ਇੱਕ ਧੀ ਬਿਸਮਾ ਹੋਈ ਜੋ ਹਜ਼ਰਤ ਇਸਹਾਕ ਅਲੈਹਿਸਲਾਮ ਹੋਰਾਂ ਦੇ ਪੁੱਤਰ ਐਸੂ ਨਾਲ ਵਿਆਹੀ ਗਈ ਔਰ ਉਹਦੇ ਵਿੱਚੋਂ ਰੋਮ ਜੰਮਿਆ ਜਿਹੜਾ ਅਸਲਾਤੀਨੇ ਰੋਮ ਦਾ ਵਟਕਾ ਸੀ ਅੱਗੋਂ ਜਿਹੜੇ ਤਿਸ਼ਮਾਈਲ ਦੇ ਮਸ਼ਹੂਰ ਪੁੱਤਰ ਜਿਹੜੇ ਹੋਏ ਨਿਆਬੂਤ ਦੂਜਾ ਨਾਂ ਕਿਰਨਸੀ ਉਹਨਾਂ ਦਾ ਕਰਨ ਕਰਨ ਕਹਿ ਲਓ ਕਿਰਨ ਕਹਿ ਲਓ ਅਗਲਾ ਪੁੱਤਰ ਸੀ ਮਿਸ਼ਾ ਉਹਨੇ ਮੱਕਾ ਬਾਦ ਕੀਤਾ ਅਗਲਾ ਸੀ ਕੀਦਾਰ ਜਿਹਦੇ ਕੋ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਹੋਰਾਂ ਦਾ ਖਾਨਦਾਨ ਟੁੱੜਿਆ ਅਗਲਾ ਉਮੇਲ ਤੇ ਪਾਮੇਲ ਇਹਨਾਂ ਦੀ نسل ਜਿਹੜੀ ਹੈ ਸਾਹਬੇ ਰਸਦਾਈ ਮੁੜ ਕੇ ਨਿਆਬੂਤ ਦਾ ਪੁੱਤਰ ਹੋਇਆ ਜੀ ਉਤਰੀ ਇਹ ਜਿਹੜਾ ਇਹਦਾ ਨਾਮ ਅਰਚੀ ਵੀ ਸੀ ਹਿੰਦੀ ਵਿੱਚ ਔਰ ਇਹ ਖਾਨਦਾਨ ਜਿਹੜਾ ਅਰਬਾਂ ਦੇ ਵਿੱਚੋਂ ਵਾਪਸ ਫੇਰ ਆਪਣੀ ਜੰਮਨਪੁਰ ਸਿੰਧ ਵਿਲਾਇਤ ਜੱਟ ਦੇਸ਼ ਦੇ ਵਿੱਚ ਪਰਤ ਆਇਆ ਸੀ ਅਗੂ ਉਤਰੀ ਦੇ ਪੁੱਤਰ ਹੋਏ ਸਨ ਵਰੂਨ ਜਮਗਦਨੀ ਤੇ ਪਰਸ਼ਰਾਮ ਜੀ ਦੀ ਨਸਲੋਂ ਹੋਇਆ ਤੇ ਉਹ ਹਿੰਦੂਆਂ ਦਾ 6ਵਾਂ ਅਵਤਾਰ ਸੀ ਤੇ ਦੂਜਾ ਪੁੱਤਰ ਹੋਇਆ ਨਰੀ ਤੇ ਤੀਜਾ ਹੋਇਆ ਚੰਦਰਬਾਨ ਤੇ ਨਰੀ ਦੀ ਨਸਲੋਂ ਸੂਰਜਮੰਸੀ ਜੱਟਾਂ ਦਾ ਕਬੀਲਾ ਚੱਲਿਆ ਤੇ ਚੰਦਰਬੰਸੀ ਦੀ ਨਸਲਾਂ ਜੱਟਾਂ ਦਾ ਚੰਦਰਬੰਸੀ ਕਬੀਲੇ ਦਾ ਮੁੱਢ ਬੱਜਿਆ ਯਾਨੀ ਚੰਦਰਬੰਸੀ ਤੇ ਸੂਰਜਬੰਸੀ ਜੱਟਾਂ ਦੇ ਕਬੀਲੇ ਦਾ ਮੁੱਢ ਉਤਰੀ ਦੇ ਪੁੱਤਰਾਂ ਯਾਨੀ ਤੋਂ ਬੱਜਿਆ ਸੀ ਪਹਿਲਾਂ ਇਹ ਨਸਲ ਇੱਕ ਹੀ ਚੱਲ ਰਹੀ ਸੀ ਇੱਥੋਂ ਆ ਕੇ ਤੇ ਦੋ ਕਬੀਲੇ ਯਾਨੀ ਜਿਹੜੇ ਚੰਦਰ ਦੀ ਔਲਾਦ ਸਨ ਉਹ ਚੰਦਰਬੰਸੀ ਸਿਧਾਨ ਲੱਗ ਪਏ ਤੇ ਸੂਰਜ ਦੀ ਔਲਾਦ ਸੂਰਜਬੰਸੀ ਸਿਧਾਨ ਲੱਗ ਪਏ ਅੱਗੋਂ ਨਰੀ ਦਾ ਪੁੱਤਰ ਹੋਇਆ ਜੀ ਸੂਰਜ ਤੇ ਜਿਹਦੇ ਤੋਂ ਬਾਕਾਇਦਾ ਸੂਰਜਵੰਸੀ ਕਬੀਲੇ ਦਾ ਮੋਢ ਵੱਜ ਗਿਆ ਤੇ ਉਦੋਂ ਉਹਦਾ ਪੁੱਤਰ ਹੋਇਆ ਗੁਕਸ਼ੇਪ ਤੇ ਕਸ਼ੇਪ ਦਾ ਪੁੱਤਰ ਹੋਇਆ ਜੀ ਕਰਨ ਤੇ ਕਰਨ ਦਾ ਪੁੱਤਰ ਫੇਰ ਕਸ਼ੇਪ ਤੇ ਕਸ਼ੇਪ ਦਾ ਪੁੱਤਰ ਹੋਇਆ ਦਿਉਲ ਤੇ ਦਿਉਲ ਦੇ ਦੋ ਪੁੱਤਰ ਹੋਏ ਮੰਨੂ ਤੇ ਵੱਛਾ ਅੱਛਾ ਜਿਹੜਾ ਪਹਿਲਾ ਸੂਰਜਵੰਸੀ ਜੱਟ ਮਹਾਰਾਜਾ ਸੀ ਤੇ ਅੱਗੋਂ ਵੱਛਾ ਦਾ ਪੁੱਤਰ ਹੋਇਆ ਕਛਵਾ ਤੇ ਕਛਵਾ ਦਾ ਪੁੱਤਰ ਹੋਇਆ ਬੁੱਧ ਤੇ ਇਹਦਾ ਨਾਮ ਨਿਰਜਣ ਵੀ ਸੀ ਤੇ ਸ਼ਿਸ਼ਪਾਲ ਹੋਇਆ ਗੋਦਾ ਪੁੱਤਰ ਜਿਹਦਾ ਨਾਂ ਯਜਨਵੀ ਸੀ ਅੱਗੋਂ ਉਹਦਾ ਪੁੱਤਰ ਹੋਇਆ ਹਮਸਾ ਚਾਲਕ ਇਹਦਾ ਨਾਂ ਦੂਜਾ ਸਤਗੁਰ ਚਾਲਕ ਵੀ ਸੀ ਤੇ ਅੱਗੋਂ ਹੋਇ ਉਹਦਾ ਪੁੱਤਰ ਹੋਇਆ ਆਧੂ ਚਾਲਕ ਆਧੂ ਚਾਲਕ ਦਾ ਦੂਜਾ ਨਾਂ ਮੁੰਗਰ ਚਾਲਕ ਸੀ ਆ ਆਧੂ ਚਾਲਕ ਦਾ ਪੁੱਤਰ ਹੋਇਆ ਨਿਰਮਲ ਚਾਲਕ ਉਹਦਾ ਨਾਂ ਰਾਹੁਲ ਚਾਲਕ ਵੀ ਸੀ ਤੇ ਅੱਗੋਂ ਉਹਦਾ ਪੁੱਤਰ ਹੋਇਆ ਨਿਰਾਸ਼ਨਸ ਚਾਲਕ ਨਿਰਾਸ਼ ਚਾਲਕ ਵੀ ਉਹਨੂੰ ਆਂਦੇ ਸਨ ਤੇ ਗੋਦਾ ਪੁੱਤਰ ਮਹਿੰਦਰ ਚਾਲਕ ਤੇ ਉਹਦਾ ਅਗੋ ਪੁੱਤਰ ਮਾਸ ਚਾਲਕ ਤੇ ਮਾਸ ਚਾਲਕ ਦਾ ਪੁੱਤਰ ਮਾਲਕੂ ਚਾਲਕ ਤੇ ਮਾਲਕੂ ਚਾਲਕ ਦਾ ਪੁੱਤਰ ਹੋਇਆ ਸੂਰਜ ਚਾਲਕ ਤੇ ਸੂਰਜ ਚਾਲਕ ਦਾ ਪੁੱਤਰ ਲੀਲਾ ਚਾਲਕ ਤੇ ਲੀਲਾ ਚਾਲਕ ਦਾ ਪੁੱਤਰ ਅਮਰਤ ਚਾਲਕ ਤੇ ਅਮਰਤ ਚਾਲਕ ਦਾ ਪੁੱਤਰ ਗਿਆਨ ਚਾਲਕ ਗਿਆਨ ਚਾਲਕ ਦਾ ਪੁੱਤਰ ਅਮਰਮਲ ਤੇ ਅਮਰਮਲ ਦਾ ਪੁੱਤਰ ਗੁਲਾਬ ਚਾਲਕ ਗੁਲਾਬ ਚਾਲਕ ਦਾ ਪੁੱਤਰ ਹਸ਼ਮਤ ਚਾਲਕ ਤੇ ਅਕਮਤ ਚਾਲਕ ਦਾ ਪੁੱਤਰ ਪੂਰਾ ਚਾਲਕ ਦੇ ਪੂਰਾ ਚਾਲਕ ਦਾ ਪੁੱਤਰ ਜ਼ਬਰਮਲ ਤੇ ਜ਼ਬਰਮਲ ਦਾ ਪੁੱਤਰ ਹਮਸਰ ਰਾਜ ਤੇ ਹਮਸਰ ਰਾਜ ਦਾ ਪੁੱਤਰ ਭੋਜ ਰਾਜ ਤੇ ਭੋਜ ਰਾਜ ਦਾ ਪੁੱਤਰ ਸੂਰਜ ਮੁਖੀ ਰਾਜ ਤੇ ਸੂਰਜ ਮੁਖੀ ਰਾਜ ਦਾ ਪੁੱਤਰ ਕਰਨ ਰਾਜ ਤੇ ਕਰਨ ਰਾਜ ਦਾ ਪੁੱਤਰ ਚੰਦਰਸੀਨ ਰਾਜ ਤੇ ਚੰਦਰਸੀਨ ਦਾ ਪੁੱਤਰ ਗਵਾ ਸਿੰਘ ਸੀਨ ਤੇ ਗਵਾ ਸਿੰਘ ਸੀਨ ਦਾ ਬਾਲਦਾ ਸਿੰਘ ਸੀਨ ਤੇ ਬਾਲਦਾ ਸਿੰਘ ਦਾ ਪੁੱਤਰ ਦੂਦੇਸ਼ੀ ਸੀਨ ਤੇ ਦੂਜ ਦੇਸ਼ੀ ਸੀਨ ਦਾ ਹਮਸਾ ਸੀਨ ਤੇ ਹਮਸਾ ਸੀਨ ਦਾ ਪੁੱਤਰ ਮੂਲਰਾਜ ਮੂਲਰਾਜ ਦੇ ਪੁੱਤਰ ਹੋਏ ਰਾਜ ਚਾਲਕ ਰਾਜ ਚੁਨੀਰ ਰਾ ਉਹਨੀਰ ਰਾ ਪੁਨੀਰ ਰਾ ਸੁਨੀਰ ਰਾ ਰੋਨੀਰ ਰਾ ਪਨਵਾਰ ਰਾ ਪਾਟਿਆ ਰਾ ਗੁਰਜਰ ਰਾ ਚਲੋਕ ਤੇਰਾ ਪਰਮਾਰ ਤੇਰਾ ਪ੍ਰਿਹਾਰ ਪਢਿਆਰ ਤੇ ਰਾ ਚਾਹੂਮਾਨ ਚੋਹਾਨ ਤੇ ਤਿਆਂ ਹੋਇਆ ਮੋਮਲ ਦੇਵੀ ਸੁਖੜ ਦੇਵੀ ਸਰਲ ਦੇਵੀ ਤੇ ਛਪੜ ਦੇਵੀ ਅੱਗੋਂ ਮੂਲ ਰਾਜ ਦੇ ਪਹਿਲੇ ਜਿਹੜੇ ਨੌ ਪੁੱਤਰਾਂ ਦੀ ਔਲਾਦ ਦੇ ਨਾ ਆਲ ਔਲਾਦ ਦੇ ਉਹ ਸੂਰਜ ਵੰਸੀ ਜੱਟ ਸਨਾਂਦੀ ਏ ਜਦੋਂ ਕਿ ਜਿਹੜਾ ਰਾ ਪਰਮਾਰ ਰਾਜ ਚ ਲੋਕ ਯਾਨੀ ਸੁਲੰਗੀ ਰਾ ਪ੍ਰਿਹਾਰ ਪਢਿਆਰ ਤੇ ਰਾ ਚਾਹੂ ਮਾਨ ਚੋਹਾਨ ਇਹਨਾਂ ਚਮਾ ਭਰਾਵਾਂ ਦੀ ਜਿਹੜੀ ਔਲਾਦ ਏ ਉਹ ਅੱਗ ਦੀ ਨਿਸਬਤ ਪਰੋਂ ਅਗੰਬੰਸੇ ਸਿਦਾਂਦੀ ਏ ਅੱਗੋਂ ਮੂਲ ਰਾਜ ਦੇ ਪੁੱਤਰ ਰਾਜ ਚ ਲੋਕ ਸੁਲੰਗੀ ਦੇ ਪੁੱਤਰ ਹੋਏ ਜੀ ਮਾਠੀ ਸਰਕੀ ਰੁੱਕ ਮੈਦਨ ਕੁੰਡੜਾ ਕੱਵਾ ਅਗਲ ਮਨ ਜਮੀਆਂ ਲਾੜਕ ਭਰਤ ਖੜਾ ਗੇਲਾ ਬੇਗਲਾ ਲਜੀਲਾ ਪਸਵਾਰ ਸ਼ੇਰੀਆ ਅਸਵਾਰਨ ਮੂਰਤੂ ਮੱਜਾ ਅਗੋ ਸੁਲੰਗੀ ਦੇ ਪੁੱਤਰ ਸਰਕੀਵਾਲ ਪੁੱਤਰ ਹੋਏ ਜੀ ਐ ਬਰਸ ਆਸਰ ਵਾਤਨੀ ਬਾਗਾ ਬਾਗਾ ਮੇਵਾ ਮੱਤਾ ਕੋਰੀਆ ਇਹ ਸਾਰੇ ਮਸਨ ਬਰਸ ਜਿਹੜਾ ਉਹਦੇ ਤੋਂ ਬਰਸਾਣੀ ਕਬੀਲਾ ਅਸਰ ਤੋਂ ਅਸਰਾਣੀ ਕਬੀਲਾ ਵਾਤਨੀ ਤੋਂ ਵਤਨਾਣੀ ਕਬੀਲਾ ਬਾਗ ਤੋਂ ਬਾਗਾ ਤੋਂ ਬਾਗਾਣੀ ਕਬੀਲਾ ਮੇਵਾ ਤੋਂ ਮੇਵਾਣੀ ਕਬੀਲਾ ਮੱਤਾ ਤੋਂ ਮਤਾਣੀ ਕਬੀਲਾ ਕੋਰੀਆ ਤੋਂ ਕੋਰੀਆਣੀ ਕਬੀਲਾ ਡਿੰਨਾ ਇਹ ਡੇਨਾਨੀ ਕਬੀਲਾ ਇਹ ਅੱਗੇ ਜਨਾਬ ਜਬੀਨ ਤੇ ਆਡਤ ਤੇ ਇਹ ਮਤਲਬ ਇਹ ਤੇ ਪੰਜਾਬੀ ਇਹ ਵੀ ਪੰਜਾਬੀ ਵੀ ਇਹਦੇ ਪੁੱਤਰ ਦਾ ਨਾਮ ਸੀ ਸਰਕੀ ਦੇ ਦਾ ਇਹਨਾਂ ਸਾਰਿਆਂ ਦੇ ਨਾਵਾਂ ਤੇ ਅੱਗੋਂ ਜੱਟ ਕਬੀਲੇ ਬਣ ਗਏ ਜਿਵੇਂ ਬਾਗਾ ਤੋਂ ਬਗਾਣੀ ਤੇ ਮੱਤਾ ਤੋਂ ਮਤਾਣੀ ਕੋਰੀਆ ਤੋਂ ਕੋਰੀਆਣੀ ਕੋਰਾ ਤੋਂ ਕੋਰੀਆਣੀ ਤੇ ਇੰਜੀ ਸਾਰੇ ਜਿਹੜੇ ਕਬੀਲੇ ਮਤਲਬ ਇਹਨਾਂ ਦੇ ਨਾਵਾਂ ਤੋਂ ਬਣ ਗਏ ਤੋਂ ਪਿਆਰਿਓ ਇਹ ਸੀ ਸਰਕੀ ਜੱਟ ਕਬੀਲੇ ਦਾ ਅਹਵਾਲ ਜਿਹੜਾ ਅਸਾਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਇਹਦੇ ਨਾਲ ਹੀ ਸਾਨ ਬਾਜਵਾ ਨੂੰ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਦਿਓ ਜਿਉਂਦੇ ਵਾਸਤੇ ਰੋ ਖੁਸ਼ ਰਹੋ ਸਲਾਮਤ ਰਹੋ ਤੁਹਾਡੇ ਨਾਲ ਮਿਲਨੇ ਆ ਕਿਸੇ ਅਗਲੇ ਜਟ ਕਬੀਲੇ ਦੇ ਐਵਾਲ ਨਾਲ